ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ, ਸ਼ਫਕਤ ਆਵਾਨ। ਇਹ ਮੁਲਤਾਨ ਆਇਆ ਹੋਇਆ ਜੀ ਮੈਂ। ਅਸੀਂ ਜਾ ਰਹੇ ਹੈਗੇ ਕਿਲ੍ਹਾ ਕਾਸਮ ਬਾਗ, ਇਹਨੂੰ ਕਹਿੰਦੇ ਹੈਗੇ। ਇੱਥੇ ਮਜ਼ਾਰ ਵੀ ਹੈਗੇ ਅਤੇ ਅਸੀਂ ਉੱਥੇ ਸਲਾਮ ਕਵਰ ਕਰਾਂਗੇ ਤੁਹਾਨੂੰ। ਮੈਂ ਮਜ਼ਾਰ ਕਿਹੜੇ ਨੇ ਉਹਨਾਂ ਦੀ ਵੀਡੀਓਜ਼ ਬਣਾ ਕੇ ਦਿਖਾਵਾਂਗਾ। ਇਹ ਅਸੀਂ ਹੁਣ ਕਿਲ੍ਹਾ ਕਾਸਮ ਬਾਗ, ਉਹਨਾਂ ਕਾਸਮ ਬਾਗ ਵੀ ਇਹਨੂੰ ਕਹਿੰਦੇ ਜੀ। ਕਾਸਮ ਬਾਗ ਲਓ ਜੀ, ਮੈਂ ਇੱਥੇ ਕਾਸਮ ਬਾਗ 'ਚ ਕੋਈ 13-14 ਸਾਲ ਬਾਅਦ ਆਇਆ ਅੱਜ। ਹਾਂਜੀ, ਦਰਬਾਰੇ ਆਲੀਆ ਜ਼ੁਬਤੁਲ ਆਰਫੀਨ ਸਿਰਾਜ ਉਸ ਸਾਕਲਕੀਨ ਕੁਤਬੁਲ ਅਕਤਾਬ ਉਲ ਫਤਿਹ ਹਜ਼ਰਤ ਸ਼ਾਹ ਰੁਕਨੁਦੀਨ ਆਲਮ ਨੂਰੀ ਹਜ਼ੂਰੀ ਸੋਹਰਵਰਦੀ ਜਾਨ ਮਹਿਕਮਾ ਕਾਫ ਮਜ਼ਹਬੀ ਅਮੂਰ। ਲਓ ਜੀ, ਅਸੀਂ ਹੁਣ ਸ਼ਾਹ ਰੁਕਨੇ ਆਲਮ ਦੇ ਮਜ਼ਾਰ ਜਾਵਾਂਗੇ ਜੀ, ਉਹਨਾਂ ਦੇ ਬਜ਼ੁਰਗਾਂ ਦੇ। ਸ਼ਾਹ ਰੁਕਨੇ ਆਲਮ ਬਹੁਤ ਬੜੇ ਬਜ਼ੁਰਗ ਹੋਏ ਆ ਜੀ। ਆਹ ਵੀਡੀਓ ਮੈਂ ਬਣਾ ਰਿਹਾ ਜੀ, ਮੰਗਾ ਸਿੰਘ ਮੇਰੇ ਦੋਸਤ ਹੈਗੇ ਜਲੰਧਰ ਤੋਂ, ਸਰਦਾਰ ਮੰਗਾ ਸਿੰਘ ਜਿਹੜੇ ਹੁਣ ਗਲਫ 'ਚ ਰਹਿੰਦੇ ਹੈਗੇ। ਉਹ ਇਹਨਾਂ ਬਜ਼ੁਰਗਾਂ ਨੂੰ ਅਤੇ ਪੀਰਾਂ ਨੂੰ ਬੜੇ ਮੰਨਦੇ ਹੈਗੇ। ਇਹ ਵੀਡੀਓ ਕਿਹੜੀ ਉਹਨਾਂ ਦੇ ਨਾਲ
ਆਮ ਤੌਰ 'ਤੇ ਜੀ ਮਜ਼ਾਰਾਂ 'ਤੇ ਔਰਤਾਂ ਨੂੰ ਨਹੀਂ ਆਉਣ ਦਿੰਦੇ, ਲੇਕਿਨ ਇਸ ਮਜ਼ਾਰ 'ਤੇ ਮੈਂ ਦੇਖਿਆ ਹੋਇਆ ਕਿ ਔਰਤਾਂ ਕਬਰ ਤੱਕ ਵੀ ਨੇ, ਉਹ ਕਬਰ ਨਾਲ ਚਿਮਟੀਆਂ ਵੀ ਹੋਈਆਂ ਨੇ ਉਹ ਹਰ ਪਾਸਿਓਂ। ਇਹ ਨਹੀਂ ਸਮਝ ਆਉਂਦੀ ਪਈ ਕਿ ਇਸ ਮਜ਼ਾਰ 'ਤੇ ਇਹਦੇ ਇੱਥੇ ਕਿਉਂ ਇੰਜ ਹੋ ਰਿਹਾ। ਵਰਨਾ ਮਜ਼ਾਰਾਂ ਦੇ ਅੰਦਰ ਔਰਤਾਂ ਨੂੰ, ਖਵਾਤੀਨ ਨੂੰ ਨਹੀਂ ਦਾਖਲ ਹੋਣ ਦਿੰਦੇ, ਲੇਕਿਨ ਇੱਥੇ ਔਰਤਾਂ ਮਰਦ ਸਾਰੇ। ਹਾਂਜੀ, ਆਪਾਂ ਮਗਰ ਵੀ ਤਾਂ ਪੜ੍ਹਨੀ ਨਾ, ਦੇਖੀਏ ਫਿਰ ਆ ਜਾਓ ਨਮਾਜ਼ ਪੜ੍ਹ ਲਈ। ਹਾਂਜੀ, ਗਾੜੀ ਪਿਆਰੀ ਖਿਆਲ ਕਰੀਏ।